ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਸਾਂਝ ਟੀਵੀ ਦੇ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਵੀਗਿਲ। ਜਿਵੇਂ ਕਿ ਕੋਰੋਨਾ ਦਾ ਕਰਕੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਡਿਪਾਰਟਮੈਂਟ ਸਾਰੇ ਬੰਦ ਸੀਗੇ ਤੇ ਜਿਵੇਂ ਸਰਕਾਰ ਦੀ ਹਦਾਇਤਾਂ ਆਈਆਂ ਤੇ ਆਰਟੀਓ ਦਫ਼ਤਰ ਖੁੱਲਿਆ। ਇੱਕ ਦਿਨ ਦੇ ਵਿੱਚ ਲਰਨਿੰਗ ਲਾਇਸੈਂਸ ਬਣੇਗਾ, ਤੁਸੀਂ ਦੇਖ ਸਕਦੇ ਹੋ। ਇਸ ਟਾਈਮ ਅਸੀਂ ਆਰਟੀਓ ਆਫਿਸ ਖੜੇ ਹਾਂ ਜਿੱਥੇ ਬਾਹਰ ਹੀ ਸਿਕਿਉਰਿਟੀ ਗਾਰਡ ਵੱਲੋਂ ਪਹਿਲੇ ਉਹਨਾਂ ਦਾ ਟੈਂਪਰੇਚਰ ਚੈੱਕ ਕੀਤਾ ਜਾਂਦਾ। ਜਿਹੜੇ ਲੋਕ ਆ ਰਹੇ ਨੇ ਲਾਇਸੈਂਸ ਬਣਵਾਉਣ ਦੇ ਲਈ, ਉਹਨਾਂ ਦਾ ਟੈਂਪਰੇਚਰ ਚੈੱਕ ਕਰਕੇ ਉਹਨਾਂ ਨੂੰ ਫਿਰ ਅੱਗੇ ਭੇਜਿਆ ਜਾਂਦਾ ਹੈ। ਹੁਣ ਅਸੀਂ ਅੰਦਰ ਜਾ ਕੇ ਵੀ ਲੋਕਾਂ ਨੂੰ ਵੀ ਇਹ ਚੀਜ਼ ਦਾ ਪੁੱਛਾਂਗੇ ਕਿ ਆਰਟੀਓ ਦਫ਼ਤਰ ਦੇ ਵਿੱਚ 2.5 ਮਹੀਨਿਆਂ ਦੇ ਬਾਅਦ ਇਹ ਆਫਿਸ ਜੋ ਖੁੱਲ੍ਹਾ ਹੈ ਅਤੇ ਇੱਥੇ ਕਾਫੀ ਜ਼ਿਆਦਾ ਭੀੜ ਅੰਦਰ ਹੋ ਰਹੀ ਹੈ ਅਤੇ ਕੀ ਪ੍ਰੋਬਲਮ ਆ ਰਹੀ ਹੈ ਇਹਨਾਂ ਨੂੰ। ਅਸੀਂ ਪਹੁੰਚ ਚੁੱਕੇ ਹਾਂ ਆਰਟੀਓ ਆਫਿਸ ਦੇ ਅੰਦਰ, ਜਿੱਥੇ ਕਿ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਇੱਕ ਦਿਨ ਦੇ ਵਿੱਚ ਹੀ ਲਰਨਿੰਗ ਲਾਇਸੈਂਸ ਬਣ ਕੇ ਮਿਲੇਗਾ। ਪੱਕਾ ਲਾਇਸੈਂਸ ਵੀ ਸਵੇਰੇ ਆਣ ਕੇ ਟ੍ਰਾਇਲ ਦਿੱਤਾ ਜਾਏਗਾ, ਸ਼ਾਮ ਤੱਕ ਕੰਪਲੀਟ ਹੋ ਕੇ ਮਿਲ ਜਾਏਗਾ। ਤੁਸੀਂ ਦੇਖ ਸਕਦੇ ਹੋ ਇਸ ਟਾਈਮ ਆਰਟੀਓ ਆਫਿਸ ਦੇ ਅੰਦਰ ਜਿੱਦਾਂ ਹੀ 2 ਮਹੀਨੇ ਦੇ ਬਾਅਦ ਇਹ ਆਫਿਸ ਖੁੱਲ੍ਹਿਆ ਅਤੇ ਇੱਥੇ ਕਾਫੀ ਰਸ਼ ਨਾਲੋਂ ਨਾਲ ਹੀ ਪੈਣਾ ਸ਼ੁਰੂ ਹੋ ਚੁੱਕਾ ਹੈ। ਲੋਕਾਂ ਨੂੰ ਥੋੜ੍ਹੀਆਂ ਜਿਹੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਇੱਥੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਸੋਸ਼ਲ ਡਿਸਟੈਂਸ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਜਿਹੜਾ ਜਦੋਂ ਕੋਈ ਕਸਟਮਰ ਅੰਦਰ ਆਉਂਦਾ ਉਹਦੇ ਹੱਥ ਸੈਨੀਟਾਈਜ਼ਰ ਕਰਾਏ ਜਾ ਰਹੇ ਆ, ਪ੍ਰਿਕੋਸ਼ਨ ਪੂਰੀ ਵਰਤੀ ਜਾ ਰਹੀ ਹੈ। ਗੋਲੇ ਬਣੇ ਹੋਏ ਨੇ ਅਤੇ ਗੋਲਿਆਂ ਦੇ ਵਿੱਚ 2-2 ਮੀਟਰ ਦਾ ਫਾਸਲਾ, ਜਿਵੇਂ ਜੋ ਸਰਕਾਰ ਵੱਲੋਂ ਹਦਾਇਤਾਂ ਨੇ ਉਸ ਦੇ ਹਿਸਾਬ ਦੇ ਨਾਲ ਹੀ ਇੱਥੇ ਕਸਟਮਰ ਨੂੰ ਅੰਦਰ ਬੁਲਾਇਆ ਜਾ ਰਿਹਾ ਅਤੇ ਬੁਲਾ ਕੇ ਉਹਨਾਂ ਦੇ ਉਹ ਦੂਸਰੀ ਸਾਈਡ ਤੁਸੀਂ ਦੇਖ ਸਕਦੇ ਹੋ ਉਧਰਲੀ ਸਾਈਡ ਫੋਟੋਆਂ। ਇੱਧਰ ਇੱਕ ਬੰਨੇ ਫਾਰਮ ਜਮ੍ਹਾਂ ਹੁੰਦੇ ਨੇ ਅਤੇ ਦੂਸਰੇ ਬੰਨੇ ਟ੍ਰਾਇਲ ਦੇ ਕੇ ਬਾਅਦ 'ਚੋਂ ਇੱਥੇ ਆਣ ਕੇ ਫੋਟੋਆਂ ਹੁੰਦੀਆਂ ਨੇ ਅਤੇ ਇੱਥੇ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ। ਭਾਈ ਕੀ ਨਾਮ ਤੁਹਾਡਾ? ਏਕਮ। ਲਾਇਸੈਂਸ ਬਣਵਾਉਣਾ ਹੈ? ਹਾਂਜੀ ਹਾਂਜੀ, ਮੈਂ ਜੀ ਟੀ ਬੀ ਨਗਰ ਮਾਡਲ ਟਾਊਨ। 2.5 ਮਹੀਨਿਆਂ ਦੇ ਬਾਅਦ ਆਰਟੀਓ ਆਫਿਸ ਖੁੱਲ੍ਹਿਆ, ਕਿਹੋ ਜਿਹਾ ਲੱਗ ਰਿਹਾ? ਕਾਫੀ ਵਧੀਆ, ਸਗੋਂ ਕਾਫੀ ਟਾਈਮ ਬਾਅਦ ਖੁੱਲ੍ਹਿਆ। ਸਗੋਂ ਮੇਰਾ ਪਹਿਲਾਂ ਕਾਫੀ ਦੇਰ ਤੋਂ ਲਰਨਿੰਗ ਲੈਸ ਵਹੇ ਅੜਿਆ ਪਏ, ਹੁਣ ਖੁੱਲ੍ਹਿਆ ਸਗੋਂ ਕਾਫੀ ਬੈਨੀਫਿਟ ਮਿਲਿਆ ਸੀ ਇਹਦਾ। ਹੁਣ ਸਰਕਾਰ ਵੱਲੋਂ ਕਿਹਾ ਗਿਆ ਕਿ ਇੱਕ ਦਿਨ ਦੇ ਵਿੱਚ ਹੀ ਲਰਨਿੰਗ ਲਾਇਸੈਂਸ ਬਣ ਜਾਏਗਾ, ਦੂਸਰਾ ਪੱਕਾ ਲਾਇਸੈਂਸ ਵੀ ਇੱਕ ਦਿਨ ਦੇ ਵਿੱਚ ਬਣ ਰਿਹਾ ਹੈ। ਇਹ ਫੈਸਿਲਿਟੀ ਤੁਹਾਨੂੰ ਬਹੁਤ ਬੈਨੀਫਿਟ ਵਾਲੀ ਗੱਲ ਹੈ, ਸਗੋਂ ਇੱਕ ਦਿਨ ਦੇ ਵਿੱਚ ਬਣੂਗਾ, ਸਾਰਾ ਟਾਈਮ ਵੀ ਬਚਾਉਂਦਾ। ਜਿੱਥੇ ਇੰਨਾ ਇੰਨਾ ਟਾਈਮ ਪੈਂਦਾ ਉੱਥੇ ਇੱਕ ਦਿਨ 'ਚ ਕੰਮ ਹੋਏ ਤਾਂ ਬਹੁਤ ਬੈਨੀਫਿਟ ਵਾਲਾ ਕੰਮ ਹੈਗਾ, ਨਾਲੇ ਇਹਨਾਂ 'ਤੇ ਕਾਫੀ ਜ਼ੋਰ ਪਏਗਾ ਕਿ ਹਾਂ ਵੀ ਇੱਕ ਦਿਨ 'ਚ ਤਿਆਰ ਕਰਨੇ ਹੈਗੇ ਜੀ। ਬਿਲਕੁਲ, ਅਸੀਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਹਾਂ। ਅੰਕਲ ਜੀ ਸਾਡੇ ਨਾਲ ਮੌਜੂਦ ਹੈ, ਸਤਿ ਸ਼੍ਰੀ ਅਕਾਲ ਜੀ। ਮਹਾਰਾਜ ਜੀ, ਸਤਿ ਸ਼੍ਰੀ ਅਕਾਲ ਜੀ। ਸਰ, ਲਾਇਸੈਂਸ ਬਣਵਾਉਣਾ ਹੈ, ਉਹ ਕਿਹੋ ਜਿਹਾ ਲੱਗ ਰਿਹਾ 2.5 ਮਹੀਨਾ ਦੇ ਬਾਅਦ ਖੁੱਲ੍ਹਿਆ? ਹਾਂ ਨਹੀਂ, ਠੀਕ ਆ, ਵਧੀਆ ਕੰਮ ਚੱਲ ਰਿਹਾ। ਜਿਵੇਂ ਸਰਕਾਰ ਵੱਲੋਂ ਇੱਕ ਆਰਡਰ ਕੀਤਾ ਗਿਆ ਕਿ ਇੱਕ ਦਿਨ ਦੇ ਵਿੱਚ ਹੀ ਲਰਨਿੰਗ ਲਾਇਸੈਂਸ ਮੈਡੀਕਲ ਲਾਇਸੈਂਸ ਵੀ ਮਿਲੇਗਾ, ਠੀਕ ਸਰਵਿਸ ਲੱਗੇਗਾ? ਹਾਂ ਨਹੀਂ, ਠੀਕ ਆ, ਇੱਕ ਦਿਨ 'ਚ ਬਹੁਤ ਵਧੀਆ ਵਾ ਜੇ ਮਿਲ ਜਾਏਗਾ। ਇਹ ਸਕੀਮ ਪਹਿਲੇ ਹੀ ਕਰ ਦੇਣੀ ਚਾਹੀਦੀ ਸੀ, ਪਹਿਲੇ 2-2 ਮਹੀਨੇ ਲੱਗ ਜਾਂਦੇ ਸੀ? ਹਾਂ, ਪਹਿਲੇ ਤਾਂ ਚਲੋ ਹੁਣ ਪ੍ਰੋਸੀਜਰ ਜਿੱਦਾਂ ਹੈ ਉੱਦਾਂ ਹੀ ਆ, ਹੁਣ ਕੰਪਿਊਟਰ ਸਿਸਟਮ ਚੱਲ ਪਿਆ, ਛੇਤੀ ਹੋਣ ਲੱਗ ਪਿਆ ਕੰਮ। ਓਕੇ ਜੀ, ਬਿਲਕੁਲ ਤੁਸੀਂ ਦੇਖ ਸਕਦੇ ਹੋ, ਅਸੀਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ। ਲਾਈਨਾਂ ਕਾਫੀ ਲੰਬੀਆਂ ਇੱਥੇ ਲੱਗੀਆਂ ਹੋਈਆਂ ਨੇ। ਭਾਈ ਕੀ ਨਾਮ ਜੀ? ਜਤਿੰਦਰ ਸਿੰਘ ਜੀ। ਤੁਸੀਂ ਲਾਇਸੈਂਸ ਬਣਵਾਉਣ ਆਏ ਹੋ, 2.5 ਮਹੀਨਿਆਂ ਦੇ ਬਾਅਦ ਇਹ ਆਫਿਸ ਖੁੱਲ੍ਹਿਆ ਅਤੇ ਇੱਕ ਦਿਨ ਦੇ ਵਿੱਚ ਲਰਨਿੰਗ ਲਾਇਸੈਂਸ ਵੀ ਬਣ ਰਿਹਾ ਅਤੇ ਪੱਕਾ ਲਾਇਸੈਂਸ ਵੀ ਇੱਕ ਦਿਨ 'ਚ ਹੀ ਬਣ ਰਿਹਾ? ਨਹੀਂ ਸਰ, ਲਰਨਿੰਗ ਤਾਂ ਮੇਰਾ ਪਹਿਲਾਂ ਦਾ ਹੋਇਆ, ਪੱਕਾ ਕਰਾਉਣਾ। ਅੱਗੇ ਇਹੀ ਪੱਕਾ ਲਾਇਸੈਂਸ ਬਣਵਾਉਣ ਦੇ ਲਈ 2-2, 3-3 ਮਹੀਨੇ ਲੱਗ ਜਾਂਦੇ ਹੁੰਦੇ ਸੀ, ਹੁਣ ਜਿਵੇਂ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਇੱਕ ਦਿਨ ਦੇ ਵਿੱਚ ਹੀ ਬਣ ਜਾਣਾ, ਕਿਹੋ ਜਿਹਾ ਲੱਗਿਆ ਤੁਹਾਨੂੰ? ਸਰ ਵਧੀਆ ਹੈ, ਜਿੱਦਾਂ ਵੀ ਟਾਈਮ ਨਹੀਂ ਖਰਾਬ ਹੁੰਦਾ। ਹਾਂਜੀ, ਅਤੇ ਲੋਕਾਂ ਨੂੰ ਉੱਦਾਂ ਜਿੱਦਾਂ ਪਰੇਸ਼ਾਨੀ ਕਾਫੀ ਆਉਂਦੀ ਸੀਗੀ, ਹੁਣ ਫਿਰ ਜਿੱਦਾਂ ਪਰੇਸ਼ਾਨੀ ਘੱਟ ਹੋਊਗੀ। ਹਾਂਜੀ, ਬੈਨੀਫਿਟ ਹੀ ਇਸ ਚੀਜ਼ ਦਾ। ਤੁਹਾਨੂੰ ਕਿੰਨਾ ਟਾਈਮ ਹੋ ਗਿਆ? ਮੇਰਾ ਭਾਅ ਜੀ ਮਾਰਚ ਦਾ ਆਇਆ, ਮਾਰਚ ਤੋਂ ਦੇਖ ਲਓ ਅੱਜ ਮੇਰਾ ਨੰਬਰ ਆਇਆ। ਔਨਲਾਈਨ ਅਪੋਇੰਟਮੈਂਟ ਲੈ ਕੇ ਫਿਰ ਹੀ ਇੱਥੇ ਆਉਣ ਤਾਂ ਕਿ ਤੁਹਾਨੂੰ ਵੀ ਨਾ ਪ੍ਰੋਬਲਮ ਹੋਵੇ, ਸੋ ਇੱਥੇ ਜੋ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਨਾ ਪ੍ਰੋਬਲਮ ਹੋਵੇ। ਜਲੰਧਰ ਤੋਂ ਕੈਮਰਾਮੈਨ ਸਾਹਿਲ ਦੇ ਨਾਲ ਰਵੀ ਗਿੱਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।